ਸੋ ਦੋਸਤੋ ਲਾਈਵ ਜੁੜ ਗਏ ਆ ਫੇਸਬੁਕ ਦੇ ਉੱਤੇ ਚੈਨਲ ਤੇ ਜੁੜਦੇ ਆ ਅੱਜ ਫਿਰ ਸਵਾਗਤ ਔਰ ਵੀਡੀਓ ਦੇ ਵਿੱਚ ਆ ਤੁਸੀਂ ਵੇਖ ਰਹੇ ਹੋ ਕਿ ਗਰੀਬ ਔਰ ਬੇਬਸ ਬਾਪ ਜੋ ਪਿਛਲੇ 4 ਸਾਲ ਤੋਂ ਆਪਣੇ ਇਸ ਨੌਜਵਾਨ ਬੱਚੇ ਦੀ ਫੋਟੋ ਲੈ ਕੇ ਕਰਬ ਕਰਦੀਆਂ ਠੋਕਰਾਂ ਖਾ ਰਿਹਾ ਤੱਕੇ ਖਾ ਰਿਹਾ ਲੇਕਿਨ 4 ਸਾਲ ਤੋਂ ਗਾਇਬ ਇਸ ਨੌਜਵਾਨ ਬੱਚੇ ਦੇ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੇ ਸੋ ਦੋਸਤੋ ਮਾਮਲਾ ਬੜਾ ਹੀ ਦੁਖਦ ਔਰ ਦਰਦਨਕ ਕਿ 4 ਸਾਲ ਤੋਂ ਇੱਕ ਬਾਪ ਆਪਣੇ ਨੌਜਵਾਨ ਬੱਚੇ ਦੀ ਤਸਵੀਰ ਲੈ ਕੇ ਇਸ਼ਤਿਹਾਰ ਲੈ ਕੇ ਨਹਿਰਾਂ ਦੇ ਉੱਤੇ ਘਰਾਂ ਦੇ ਵਿੱਚ ਮੰਦਰਾਂ 'ਚ ਗੁਰਦੁਆਰਿਆਂ 'ਚ ਮਸੀਤਾਂ 'ਚ 4 ਸਾਲ ਤੋਂ ਲਗਾਤਾਰ ਤੱਕੇ ਖਾਰਿਆ ਲੇਕਿਨ 4 ਸਾਲ ਤੋਂ ਇਸ ਨੌਜਵਾਨ ਬੱਚੇ ਦੇ ਬਾਰੇ ਕੋਈ ਵੀ ਵੈਸੇਜ ਨਹੀਂ ਮਿਲਿਆ ਸੋ ਦੋਸਤੋ ਬਾਪ ਪਿਤਾ ਅਕਸਰ ਆਪਣੇ ਬੱਚੇ ਦੀ ਇਹ ਅਰਦਾਸ ਕਰਦਾ ਕਿ ਮੇਰਾ ਬੱਚਾ ਜਿੱਥੇ ਵੀ ਹੋਵੇ ਜਿੰਦਾ ਹੋਵੇ ਆਪਣੇ ਘਰ ਆ ਜਾਏ ਆਪਣੀ ਮਾਂ ਕੋਲ ਆ ਜਾਏ ਆਪਣੇ ਭਰਾਵਾਂ ਕੋਲ ਆ ਜਾਏ ਲੇਕਿਨ ਇਹ ਬਾਪ ਇਹ ਦੁਆ ਕਰਦਾ ਕਿ 4 ਸਾਲ ਤੋਂ ਮੈਂ ਤੜਫ ਤੜਫ ਕੇ ਥੱਕ ਗਿਆ ਮਾਂ ਮੰਜੀ ਤੇ ਉੱਤੇ ਪਈ ਬਿਮਾਰ ਹੋ ਗਈ ਏ ਮਾਂ ਮੰਜੀ ਤੇ ਪਈ ਬਿਮਾਰ ਏ ਲੇਕਿਨ ਅੱਜ ਮੈਂ ਦੁਆ ਕਰਦਾ ਕਿ ਮੇਰੇ ਬੇਟੇ ਦੀ ਭਾਵੇਂ লাশ ਹੀ ਮਿਲ ਜੇ ਲੇਕਿਨ ਮੇਰੇ ਬੱਚੇ ਦੇ ਬਾਰੇ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਿਲੇ ਜਿੰਨੇ ਵੀ ਮੇਰੇ ਵੀਰ ਲਾਈਵ ਵੇਖ ਰਹੇ ਹੋ ਮੇਰੇ ਟੀਮ ਦਾ ਜੋ ਕੁੱਤਾਖੋਰ ਪ੍ਰਕਾਸ਼ ਸੰਤੂ ਟੀਮ ਦਾ ਸਾਥੀ ਗੁਰਪ੍ਰੀਤ ਜੁੜ ਗਿਆ ਗੋਪੀ ਸ਼ੇਅਰ ਕਰਨਾ ਜੋਧਾ ਜੀ ਨਾਲ ਨਾਲ ਸ਼ੇਅਰ ਸਾਰੇ ਵੀਰ ਜ਼ਰੂਰ ਕਰੀ ਜਾਣਾ ਨਿਤਿਸ਼ ਜੀ ਸ਼ੇਅਰ ਕਰੀ ਜਾਣਾ ਇੱਕ ਗਰੀਬ ਔਰ ਬੇਬਸ ਬਾਪ ਅੱਜ ਸਾਡੇ ਕੋਲ ਨਹਿਰ ਤੇ ਪਹੁੰਚਿਆ ਕੁ ਉਮੀਦ ਦੇ ਨਾਲ ਕਿ ਮੇਰੇ ਬੱਚੇ ਬਾਰੇ ਭਾਜੀ ਤੋਂ ਕੁਝ ਨਾ ਕੁਝ ਜਾਣਕਾਰੀ ਜ਼ਰੂਰ ਮਿਲੇਗੀ ਔਰ ਮੈਨੂੰ ਉਮੀਦ ਹੈ ਤੁਹਾਡੇ ਸਾਰਿਆਂ ਤੋਂ ਜਿੰਨੇ ਵੀ ਮੇਰੇ ਵੀਰ ਲਾਈਵ ਜੁੜਦੇ ਹੋ ਲਾਈਵ ਵੇਖਦੇ ਹੋ ਮੈਂ ਤੁਹਾਡੇ ਉੱਤੇ ਉਮੀਦ ਹੈ ਕਿ ਤੁਸੀਂ ਨਾਲ ਨਾਲ ਸ਼ੇਅਰ ਕਰੋਗੇ ਅਗਰ ਪਿਛਲੇ 4 ਸਾਲ ਤੋਂ ਹਰਿਆਣਾ ਪੰਜਾਬ ਰਾਜਸਥਾਨ ਗੁਜਰਾਤ ਦਿੱਲੀ ਐਮਪੀ ਪੂਰੀ ਇੰਡੀਆ ਦੇ ਵਿੱਚ ਕਿਤੇ ਵੀ ਇਸ ਨੌਜਵਾਨ ਬੱਚੇ ਨੂੰ ਕਿਸੇ ਨੇ ਵੇਖਿਆ ਹੈ ਤਾਂ ਪਲੀਜ਼ ਇਸ ਪਰਿਵਾਰ ਦੀ ਇਸ ਬਾਪ ਦੀ ਮਦਦ ਜ਼ਰੂਰ ਕਰੋ ਅਸੀਂ ਉਹਨਾਂ ਦੇ ਡੈਡੀ ਦੇ ਨਾਲ ਗੱਲ ਸਿੱਧੀ ਕਰਾਂਗੇ ਕਿ 4 ਸਾਲ ਪਹਿਲਾਂ ਆਖਿਰ ਅਸੀਂ ਕੀ ਕਹਾਣੀ ਬਣੀ ਕਿ ਨੌਜਵਾਨ ਤੁਹਾਡਾ ਬੱਚਾ ਜੀ ਦੀ ਉਮਰ 18 ਸਾਲ ਸੀ ਉਹ ਅਚਾਨਕ ਘਰੋਂ ਚਲਾ ਗਿਆ ਔਰ ਪਿਛਲੇ 4 ਸਾਲ ਤੋਂ ਉਸ ਨੌਜਵਾਨ ਨੇ ਆਖਿਰ ਕਿਉਂ ਆਪਣੇ ਪਰਿਵਾਰ ਦੇ ਨਾਲ ਸੰਪਰਕ ਕਿਉਂ ਨਹੀਂ ਕੀਤਾ ਆਪਣੀ ਮਾਂ ਦੇ ਨਾਲ ਆਪਣੇ ਪਿਓ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਆਪਣੀ ਭੈਣਾਂ ਦੇ ਨਾਲ ਆਂਡ ਗਵਾਂਡ ਆਸ ਪੜੋਸ ਕਿਸੇ ਨਾਲ 4 ਸਾਲ ਤੋਂ ਸੰਪਰਕ ਇਸ ਬੱਚੇ ਨੇ ਕਿਉਂ ਨਹੀਂ ਕੀਤਾ ਕਿ ਇਹ ਬੱਚਾ ਜਿੰਦਾ ਹੈ ਵੀ ਹੈ ਜਾਂ ਦੁਨੀਆ ਤੋਂ ਅਲਵਿਦਾ ਹੋ ਗਿਆ ਰੁਖਸਤ ਹੋ ਗਿਆ ਪਹਿਲੀ ਦੁਆ ਇਹ ਪਿਓ ਵੀ ਇਹੀ ਕਰੇਗਾ ਕਿ ਇਹਦਾ ਬੱਚਾ ਜਿੱਥੇ ਵੀ ਹੋਵੇ ਜਿੰਦਾ ਹੋਵੇ ਆਪਣੇ ਘਰ ਆ ਜਾਏ ਆਪਣੀ ਮਾਂ ਕੋਲ ਆਪਣੇ ਪਰਿਵਾਰ ਕੋਲ ਆਸੀ ਵੀ ਦੁਆ ਕਰਦੇ ਆ ਕਿ ਪ੍ਰਮਾਤਮਾ ਕਰੇ ਨੌਜਵਾਨ ਜਿੰਦਾ ਹੋਵੇ ਔਰ ਜਿੱਥੇ ਵੀ ਸਾਡੀ ਆਵਾਜ਼ ਜਿੱਥੋਂ-ਜਿੱਥੋਂ ਵੀ ਸਾਡੀ ਆਵਾਜ਼ ਤੁਸੀਂ ਨਾਲੋਂ ਨਾਲ ਸ਼ੇਅਰ ਜ਼ਰੂਰ ਕਰੀ ਜਾਓ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਇਹ ਵੀਡੀਓ ਜਾਣੀ ਚਾਹੀਦੀ ਕਿਉਂਕਿ ਦੋਸਤੋ 2 ਦਿਨ 4 ਦਿਨ 8 ਦਿਨ 8 ਮਹੀਨੇ 1 ਸਾਲ 2 ਸਾਲ ਹੀ 4 ਸਾਲ ਇਸ ਬਾਪ ਨੂੰ ਤੜਫ ਦੇ ਨ ਹੋ ਗਏ ਨੇ 4 ਸਾਲ ਤੋਂ ਇਹ ਬਾਪ ਆਪਣੇ ਬੱਚੇ ਦਾ ਇਸ਼ਤਿਹਾਰ ਲੈ ਕੇ ਅੰਮਰਸਰ ਲੁਧਿਆਣਾ ਪਟਿਆਲਾ ਰਾਜਸਥਾਨ ਗੁਜਰਾਤ ਜਿੱਥੋਂ ਵੀ ਕੋਈ ਇਹਦੇ ਬੱਚੇ ਦੀ ਥੋੜੀ ਜੀ ਵੀ ਖਬਰ ਦਿੰਦਾ ਹੈ ਗਰੀਬ ਜੋ ਖੁਦ ਇੱਕ ਸ਼ਾਬਾਦ ਦਾ ਰਹਿਣ ਵਾਲਾ ਪਰਿਵਾਰ ਹੈ ਇਹਨਾਂ ਦਾ ਜੋ ਔਰ ਗਰੀਬੀ ਦਾਵੇ ਦੇ ਵਿੱਚ ਇਹ ਬਾਪ ਆਪਣੀ ਜ਼ਿੰਦਗੀ ਜੀ ਰਿਹਾ ਔਰ ਨਿਸ਼ਾਨ ਸਾਹਿਬ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕਰਦਾ ਹੈ ਲੇਕਿਨ ਗਰੀਬੀ ਦਾ ਵਿੱਚ ਫਿਰ ਵੀ 4 ਸਾਲ ਤੋਂ ਆਪਣੇ ਬੱਚੇ ਦੀ ਤੜਫ ਵਾਸਤੇ ਘਰ ਘਰ ਹਰ ਗੁਰਦੁਆਰੇ ਹਰ ਸ਼ਹਿਰ ਹਰ ਮੰਦਰ ਹਰ ਮਸਜਿਦ ਦੇ ਵਿੱਚ ਜਾ ਰਿਹਾ ਲੇਕਿਨ 4 ਸਾਲ ਤੋਂ ਬੱਚੇ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਸੋ ਜਿੰਨੇ ਵੀ ਵੀਰ ਲਈ ਵੇਖੋ ਅੱਜ ਇਸ ਬਾਪ ਵਾਲ ਤਰਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੇਸ਼ ਦੇ ਕੋਨੇ ਕੋਨੇ 'ਚ ਜਰੂਰ ਪਹੁੰਚਾਓ ਇਸ ਵੀਰ ਤੱਕ ਪਹੁੰਚਾਓ ਅਗਰ ਇਹ ਕਿੱਥੇ ਵੀ ਹੈ ਜਿੰਦਾ ਹੈ ਤੇ ਤੁਰੰਤ ਆਪਣੇ ਮਾਪੇ ਨੂੰ ਸੰਪਰਕ ਕਰੇ ਆਪਣੇ ਪਿਓ ਨਾਲ ਗੱਲਬਾਤ ਕਰੇ ਕੋਈ ਵੀ ਰੋਸਾ ਨਾਰਾਜ਼ਗੀ ਹੈ ਉਹਨੂੰ ਖਤਮ ਕਰੇ ਅਗਰ ਰੱਬ ਨਾ ਕਰੇ ਬੱਚਾ ਦੁਨੀਆ ਤੋਂ ਚਲਾ ਗਿਆ ਤਾਂ ਵੀ ਇਹਦੇ ਬਾਰੇ ਜਰੂਰ ਮੈਸੇਜ ਕਰੇ ਆ ਕਿਉਂ ਮੈਸੇਜ ਮਿਲ ਸਕੇ ਕਿਉਂਕਿ ਪਿਓ ਆਖਿਰ ਕਿੰਨੇ ਸਾਲ ਆਪਣੇ ਬੱਚੇ ਦੀ ਫੋਟੋ ਨੂੰ ਛਾਤੀ ਨਾਲ ਲਾ ਕੇ ਸੀਨੇ ਦੇ ਨਾਲ ਲਾ ਕੇ ਤੜਫਦਾ ਰਹੇਗਾ ਔਰ ਅੱਜ ਇਹ ਪਰਿਵਾਰ ਟੀਮ ਕੋਤਾਖਰ ਪ੍ਰਗਟ ਸੰਕਲ ਪਹੁੰਚਿਆ ਇੱਕ ਉਮੀਦ ਲੈ ਕੇ ਆਸ ਲੈ ਕੇ ਕਿ ਮੇਰੇ ਬੱਚੇ ਬਾਰੇ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਿਲੇਗੀ ਸਾਨੂੰ ਤੁਹਾਡੇ ਤੋਂ ਉਮੀਦ ਹੈ ਤੁਸੀਂ ਨਾਲ ਨਾਲ ਸ਼ੇਅਰ ਕਰਨਾ ਤਾਂ ਕਿ ਇਸ ਨੌਜਵਾਨ ਜਿਹਦਾ ਨਾਮ ਮੋਨ ਸਿੰਘ ਇਹਨਾਂ ਦੇ ਪਿਤਾ ਦਾ ਨਾਮ ਬਚਨ ਸਿੰਘ ਉਮਰ 18 ਸਾਲ ਬਰਾੜਾ ਰੋਡ ਬਰਾੜਾ ਰੋਡ ਸ਼ਾਹਬਾਦ ਕੁਰਛੇਤਰ ਦਾ ਰਹਿਣ ਵਾਲਾ ਹੈ ਪਰਿਵਾਰ ਇਹਨਾਂ ਨੇ ਆਪਣੇ ਜੋ ਨੰਬਰ ਦਿੱਤੇ ਨੇ ਮੈਂ ਉਹ ਵੀ ਨੰਬਰ ਤੁਹਾਨੂੰ ਲਾਈਵ ਚ ਦੱਸਦਾ 8059592160 8053420910 ਇਹ ਪਰਿਵਾਰ ਨੇ ਨੰਬਰ ਆਪਣੇ ਦਿੱਤੇ ਹੋਏ ਨੇ ਔਰ ਸਾਡੇ ਟੀਮ ਦੇ ਮੋਬਾਈਲ ਨੰਬਰ 9729334991 ਸਾਡਾ ਨੰਬਰ ਹੈਕਰ ਕਿਸੇ ਨੂੰ ਵੀ ਇਸ ਨੌਜਵਾਨ ਬਾਰੇ ਕੋਈ ਵੀ ਪਿਛਲੇ 4 ਸਾਲ ਤੋਂ ਕੋਈ ਖਬਰ ਕੋਈ ਮੈਸੇਜ ਮਿਲੀ ਤਾਂ ਪੁਲਿਸ ਪਰਿਵਾਰ ਨਾਲ ਸੰਪਰਕ ਜਰੂਰ ਕਰੋ ਜਾਂ ਸਾਡੇ ਨਾਲ ਸੰਪਰਕ ਕਰੋ ਤਾਂ ਕਿ ਅਸੀਂ ਆਸ ਬੱਚੇ ਦੀ ਤਲਾਸ਼ ਨੂੰ ਲੈ ਕੇ ਅਸੀਂ ਪਰਿਵਾਰ ਨਾਲ ਅਸੀਂ ਇੱਕ ਗਰੀਬ ਪਰਿਵਾਰ ਦੀ ਇੱਕ ਤਰਫ ਦੇ ਪਿਓ ਦੀ ਸਹਾਇਤਾ ਕਰ ਸਕੀ ਆ ਸੋ ਅੰਕਲ ਜੀ ਪੁਲਿਸ ਇੱਕ ਵਾਰ ਸਾਰੀ ਗੱਲ ਦੱਸੋ ਵੀ ਆਖਰ ਘਟਨਾ ਕੀ ਹੋਈ ਹੈ ਕਹਾਣੀ ਇਹ ਜੀ ਮੇਰਾ ਮੁੰਡਾ ਸੀ ਜੀ ਮਨ ਕੇ ਮਜ਼ਦੂਰੀ ਤੇ ਗਿਆ ਸੀ ਜੀ 4 ਸਾਲ ਹੋ ਗਏ 2017 ਚ ਗਿਆ ਸੀ ਜੀ ਤੋਂ ਅੱਜ ਤੱਕ ਇਹਦਾ ਕੋਈ ਪਤਾ ਨਹੀਂ ਲੱਗਿਆ ਜੀ ਕੋਈ ਅਤਾ ਪਤਾ ਨਹੀਂ ਪੂਰਾ ਹਿੰਦੁਸਤਾਨ ਵਿੱਚ ਘੁੰਮ ਚੁੱਕੇ ਆ ਜੀ ਇਹਦੇ ਬਾਰੇ ਤੇ ਅੱਜ ਮੈਂ ਪ੍ਰਗਟ ਸਿੰਘ ਵੀਰ ਜੀ ਕੋਲ ਆਇਆ ਤੇ ਇਹਨਾਂ ਨੇ ਮੇਰੀ ਮੜੀ ਮਦਦ ਕੀਤੀ ਹੈ ਤੇ ਇਹਨਾਂ ਨੇ ਮੇਰੀ ਹਾਲਤ ਬੜੀ ਕੀਤੀ ਏ ਤੇ ਇਹਨਾਂ ਦੇ ਸਾਰੇ ਚੇ ਮੈਂ ਆ ਕੇ ਤੇ ਇਹਨਾਂ ਕੋਲ ਬੇਨਤੀ ਕੀਤੀ ਏ ਤੇ ਮੇਰਾ ਮੁੰਡੇ ਦਾ ਕੋਈ ਹਤਾ ਪਤਨ ਲੱਗ ਰਿਹਾ ਜੇ ਕਿਸੇ ਕੋਲ ਵੀ ਇਹ ਵੀਡੀਓ ਪਹੁੰਚੇ ਤੇ ਕਿਰਪਾ ਕਰਕੇ ਆਪਣਾ ਇਹ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਨ ਤੇ ਮੈਂ ਗਰੀਬ ਬੰਦਾ ਹੈ ਗਿਆ ਇੱਕ ਚੁੱਭੀ ਚੂਪੜੀ ਜਰਾਏ ਕਿ ਜ਼ਿੰਦਗੀ ਬਸਰ ਕਰ ਰਹੇ ਹਾਂ ਬਰਾੜੇ ਰੋਡ ਸ਼ਾਹਬਾਦ ਦੇ ਮਰਕੇ ਖੇਤਰ ਜ਼ਿਲ੍ਹੇ ਜਰੰਦਾ ਜੀ ਤੇ ਕਿਰਪਾ ਕਰਕੇ ਇਹ ਮੈਂ ਧਾਰ-ਧਾਰ ਪਟਕ ਰਿਆਂ ਜੀ ਜਗ੍ਹਾ-ਜਗ੍ਹਾ ਪਟਕ ਰਿਆਂ ਵੀ ਜਿੰਦਾ ਆ ਮਰ ਕੇ ਕੋਈ ਵੀ ਮਰ ਕੇ ਮੇਰੇ ਮੇਰਾ ਮਨ ਸੰਤੋਸ਼ਟ ਹੋ ਜਾਏ ਜੀ ਮੇਰੇ ਮੁੰਡੇ ਦਾ ਕੋਈ ਵੀ ਪਤਾ ਲੱਗ ਜਾਏ ਜੈਸਾ ਕਿਸੇ ਜਿਸ ਵੀ ਹਾਲਤ ਚ ਆ ਗਿਆ ਤਾਂ ਕਿਰਪਾ ਕਰਕੇ ਜੀ ਇਹ ਬੇਨਤੀ ਹੈ ਸਭ ਦੇ ਅੱਗੇ ਵੀ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰੋ ਤੇ ਕਿਰਪਾ ਕਰਕੇ ਮਰ ਕੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਮੇਰੇ ਮੁੰਡੇ ਦਾ ਕੋਈ ਹਤਾ ਪਤਾ ਲੱਗ ਜਾਏ ਏ ਆ ਤੁਹਾਡੇ ਅੱਗੇ ਬੇਨਤੀ ਕਰਦਾ ਜੀ ਜੀ ਤੇ 4 ਸਾਲ ਪਹਿਲਾਂ ਅਚਾਨਕ ਬੱਚਾ ਕਿਵੇਂ ਗਾਇਬ ਹੋਇਆ ਕਰੋ ਕੀ ਕਹ ਕੇ ਨਿਕਲੇ ਇੱਕ ਕਰੋ ਮਜ਼ਦੂਰੀ ਮਜ਼ਦੂਰੀ ਦੇ ਬਾਰੇ ਗਿਆ ਸੀ ਜੀ ਮੈਂ ਮਜ਼ਦੂਰੀ ਕਰਨੀ ਹੈ ਜੀ ਮਜ਼ਦੂਰੀ ਦੇ ਬਾਰੇ ਕਰੋ ਕਹ ਕੇ ਕਿ ਮਜ਼ਦੂਰੀ ਦੇ ਬਾਰੇ ਨਿਕਲਿਆ ਜੀ ਤੇ ਆਪਾਂ 4 ਸਾਲ ਤੋਂ ਇਹਦੀ ਮੋਬਾਈਲ ਦੀ ਮਤਲਬ ਕਿ ਉਹ ਕਰਨ ਹੈ ਜੀ ਇਹਦੀ ਮੋਬਾਈਲ ਦਾ ਨੰਬਰ ਮਲਾਰਿਆ ਜੀ ਕੋਈ ਨੰਬਰ ਵੀ ਸੋਚੋ ਪਾਰਿਆ ਜੀ ਤੇ 4 ਸਾਲ ਤੋਂ ਕੋਈ ਅਦਾਤਾ ਪਤਾ ਨਹੀਂ ਲੱਗ ਰਿਹਾ ਜੀ ਬੀ ਕਿੱਧਰ ਚਲਾ ਗਿਆ ਬੀ ਕਿੱਧਰ ਗਿਆ ਤੇ ਕਿੱਧਰ ਗਿਆ ਕਿੱਧਰ ਨਹੀਂ ਗਿਆ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਜੀ ਤੇ ਮੋਬਾਈਲ ਲੋਕੇਸ਼ਨ ਲਾਸਟ ਸ਼ਾਹਬਾਦੀ ਆਈ ਸੀ ਹਾਂ ਜੀ ਉਸ ਟਾਈਮ ਸ਼ਾਹਬਾਦੀ ਆਈ ਸੀ ਘਰੋਂ ਮੋਬਾਈਲ ਔਰ ਸਿਰਫ 7-800 ਰੁਪਿਆ ਲੈ ਕੇ ਨਿਕਲਿਆ ਹਾਂ ਜੀ 7-800 ਰੁਪਿਆ ਲੈ ਗਿਆ ਤੇ ਮੋਬਾਈਲ ਨਿਕਲਿਆ ਲੈ ਕੇ ਬਸ ਆਸੋ ਦੋਸਤੋ ਤੁਸੀਂ ਲਗਾਤਾਰ ਉਹਦੇ ਪਿਤਾ ਜੀ ਦੀ ਅਪੀਲ ਸੁਣੀ ਹੈ ਕਿ 4 ਸਾਲ ਪਹਿਲਾਂ ਅਚਾਨਕ ਆਪਣੇ ਘਰੋਂ ਇੱਕ ਮੋਬਾਈਲ ਔਰ 7-800 ਰੁਪਏ ਲੈ ਕੇ ਆ ਨੌਜਵਾਨ ਨਿਕਲਿਆ ਸੀ ਲੇਕਿਨ 4 ਸਾਲ ਤੋਂ ਇਹਦਾ ਕੋਈ ਵੀ ਅਤਾ ਪਤਾ ਨਹੀਂ ਚੱਲਿਆ ਕਿ ਆਖਿਰੇ ਕਿਹੜੀ ਦੁਨੀਆ ਚਲਾ ਗਿਆ ਇਹਨਾਂ ਦੇ ਪਿਤਾ ਜੀ ਨੇ ਆਪਣੀ ਗਰੀਬੀ ਦੇ ਵਿੱਚ ਦੇਸ਼ ਦੇ ਕੋਹਣੇ-ਕੋਹਣੇ ਦੇ ਵਿੱਚ ਆਪਣੇ ਇਸ ਬੱਚੇ ਦੀ ਸਰਚ ਕੀਤੀ ਹੈ ਹਰ ਇੱਕ ਸੰਸਥਾ ਤੱਕਰੇ ਗਏ ਨੇ ਹਸਪੀਟਲਾਂ 'ਚ ਗਏ ਨੇ ਲੁਧਿਆਣਾ, ਅੰਮ੍ਰਿਤਸਰ, ਰਾਜਸਥਾਨ ਦੇ ਗੁਰਦੁਆਰਿਆਂ ਵਿੱਚ ਵੀ ਗਏ ਨੇ ਗੁਜਰਾਤ ਤੱਕ ਇਹ ਪਰਿਵਾਰ ਆਪਣੇ ਬੱਚੇ ਦੀ ਤਲਾਸ਼ ਕਰਕੇ ਗਰੀਬ ਔਰ ਬੇਵਸ ਪਿਤਾ ਕਰਕੇ ਆ ਲੇਕਿਨ 4 ਸਾਲਾਂ ਤੋਂ ਇਸ ਬੱਚੇ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਸੋ 4 ਸਾਲ ਬਾਅਦ ਅੱਜ ਵੀ ਆਪਣੇ ਬੱਚੇ ਦੀ ਉਮੀਦ ਨੂੰ ਲੈ ਕੇ ਪਿਓ ਅਰ ਤੜਫ ਰਿਹਾ ਹੈ ਭਟਕ ਰਿਹਾ ਔਰ ਨਹਿਰਾਂ ਦੇ ਉੱਤੇ ਅੱਜ ਸਾਡੀ ਟੀਮ ਕੋਲ ਪਹੁੰਚਿਆ ਇੱਕ ਸਹਾਇਤਾ ਵਾਸਤੇ ਅਸੀਂ ਅਪੀਲ ਕਰਦੇ ਹਾਂ ਤੁਹਾਨੂੰ ਕਿ ਪਲੀਜ਼ ਨਾਲੋ ਨਾਲ ਫੋਟੋ ਵੇਖਦੇ ਰਹੋ ਔਰ ਸ਼ੇਅਰ ਜ਼ਰੂਰ ਕਰਦੇ ਰਹੋ ਅਗਰ ਕਿਸੇ ਨੇ ਵੀ 4 ਸਾਲ ਪਹਿਲਾਂ ਇਹ ਆਸ-ਪਾਸ ਕਿਸੇ ਨੇ ਵੇਖਿਆ ਤਾਂ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਸ ਪਰਿਵਾਰ ਦਾ ਵਿਚਾਰੇ ਦਾ ਕੋਈ ਸਮਾਧਾਨ ਹੋ ਸਕੇ ਸੋ ਜਿੰਨੇ ਵੀ ਵੀਰ ਵੇਖ ਰਹੇ ਹੋ ਨਾਲੋਂ ਨਾਲ ਸ਼ੇਅਰ ਜ਼ਰੂਰ ਕਰੀ ਜਾਣਾ ਆਪਣਾ ਐਡਰੈਸ ਅੰਕਲ ਜੀ ਬੋਲ ਦਿਓ ਇੱਕ ਵਾਰ ਪੂਰਾ ਸ਼ਾਹਬਾਦ ਮਾਰਕੰਡਾ ਜ਼ਿਲ੍ਹਾ ਕੁਲਛੇਤਰ ਹੈ ਜੀ ਸ਼ਾਹਬਾਦ ਮਾਰਕੰਡਾ ਜ਼ਿਲ੍ਹਾ ਕੁਲਛੇਤਰ ਮਾਜਰੀ ਮੁਹੱਲਾ ਇੰਡੀਅਨ ਗੈਸ ਗੋਦਾਮ ਡੇਰਾ ਸਿਕਲੀਗੜੀ ਹੈ ਤੋ ਇਹਨਾਂ ਦਾ ਐਡਰੈਸ ਤੁਸੀਂ ਸੁਣਿਆ ਪਿਤਾ ਜੀ ਦਾ ਆਪਣਾ ਇੱਕ ਮੋਬਾਈਲ ਨੰਬਰ ਜੋ ਚੱਲਦਾ ਤੁਸੀਂ ਉਹ ਵੀ ਬੋਲ ਦਿਓ ਇੱਕ ਵਾਰ 80595 92160 ਮੇਰਾ ਨੰਬਰ ਹੈ ਜੀ ਤੁਹਾਡਾ ਨਾਮ ਮੇਰਾ ਨਾਮ ਬਚਨ ਸਿੰਘ ਹੈ ਜੀ ਬਚਨ ਸਿੰਘ ਹਾਂ ਜੀ ਆ ਸੋ ਜਿੰਨੇ ਵੀ ਵੀਰ ਲਾਈਵ ਦੇਖ ਰਹੇ ਹੋ ਪਲੀਜ਼ ਸ਼ੇਅਰ ਜ਼ਰੂਰ ਕਰੀ ਜਾਣਾ ਅੱਜ ਇੱਕ ਪਰਿਵਾਰ ਇੱਕ ਬਾਪ ਪਿਛਲੇ 4 ਸਾਲ ਤੋਂ ਆਪਣੇ ਨੌਜਵਾਨ ਬੱਚੇ ਦੀ ਇਸ਼ਤਿਹਾਰ ਆਪਣੇ ਬੱਚੇ ਦੀ ਫੋਟੋ ਲੈ ਕੇ ਇਸੇ ਤਰ੍ਹਾਂ ਹਰ ਗੁਰਦੁਆਰਾ ਹਰ ਮੰਦਿਰ ਹਰ ਮਸਜਿਦ ਦੇ ਵਿੱਚ ਧੱਕੇ ਖਾਰਿਆ ਲੇਕਿਨ 4 ਸਾਲ ਤੋਂ ਇਸ ਬੱਚੇ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਕਿ ਆਖਿਰੇ ਬੱਚਾ ਜਿੰਦਾ ਵੀ ਹੈ ਜਾਂ ਨਹੀਂ ਅਗਰ ਜਿੰਦਾ ਹੈ ਤਾਂ ਕਿੱਥੇ ਕਿਉਂ 4 ਸਾਲ ਤੋਂ ਇਹਨੇ ਆਪਣੇ ਬਾਪ ਨਾਲ ਆਪਣੀ ਮਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਆਖਿਰ ਐਸਾ ਕੀ ਇਹਦੇ ਨਾਲ ਚਾਂਸ ਬਣਿਆ ਜੋ ਅੱਜ ਤੱਕਰ 4 ਸਾਲ ਤੋਂ ਇਹ ਬੱਚਾ ਆਪਣੇ ਘਰ ਹੀ ਨਹੀਂ ਪਹੁੰਚ ਪਾਇਆ ਸੋ ਮੈਂ ਆਪਣੀ ਟੀਮ ਆ ਸਾਥੀ ਸਿੰਦਰ ਨਰਿੰਦਰ ਮਾਮੂ ਰਾਮ ਕਿਰਮਚ ਗੁਰਪ੍ਰੀਤ ਜੀ ਸਤਨਾਮ ਜੀ ਦੇਵ ਜੀ ਜਿੰਨੇ ਵੀ ਨਹਿਰਾ ਦੇ ਸਰਕਲ ਤੇ ਆਪਣੀ ਟੀਮ ਹੈ ਸਾਰਿਆਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਅਸੀਂ ਇਸ ਪਰਿਵਾਰ ਦੀ ਇੱਕ ਸਹਾਇਤਾ ਕਰ ਸਕੀ ਔਰ ਜਿੰਨੇ ਵੀ ਵੀਰ ਲਾਈਵ ਵੇਖ ਰਹੇ ਹੋ ਨਾਲੋਂ ਨਾਲ ਵੀਡੀਓ ਵੇਖਦੇ ਰਹੋ ਔਰ ਸ਼ੇਅਰ ਜ਼ਰੂਰ ਕਰਦੇ ਰਹਿਣਾ ਤਾਂ ਕਿ ਅਗਰ ਕੋਈ ਵੀ ਇਸ ਨੌਜਵਾਨ ਬੱਚੇ ਬਾਰੇ ਤੁਹਾਨੂੰ ਮੈਸੇਜ ਮਿਲੇ 4 ਸਾਲ ਪਹਿਲਾਂ ਅਗਰ ਕਿਸੇ ਨੇ ਵੇਖਿਆ ਜਾਂ ਕਿਸੇ ਨੇ ਹਾਲ ਹੀ ਦੇ ਵਿੱਚ ਕਿਸੇ ਨਹਿਰ ਤੇ ਕਿਸੇ ਗਦਾਮ ਕਿਸੇ ਫੈਕਟਰੀ ਕਿਸੇ ਏਜੰਸੀ ਹਰਿਆਣਾ ਪੰਜਾਬ ਰਾਜਸਥਾਨ ਗੁਜਰਾਤ ਕਿਸੇ ਵੀ ਕਿਸੇ ਨੇ ਵੀ ਇਹਨੂੰ ਵੇਖਿਆ ਤਾਂ ਉਹ ਇੱਕ ਬਾਪ ਦੀ ਫਰਿਆਦ ਜ਼ਰੂਰ ਸੁਣੇ ਔਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਪਰਿਵਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇ ਪਰਿਵਾਰ ਦੇ ਨੰਬਰ ਅਸੀਂ ਤੁਹਾਨੂੰ ਦੋਸਤੋ ਲਾਈਵ ਦੇ ਵਿੱਚ ਦੱਸੇ ਨੇ ਔਰ ਆਪਣੇ ਵੀ ਨੰਬਰ 9729334991 97293 74991 ਆਪਣੇ ਮੋਬਾਈਲ ਨੰਬਰ ਹੈ ਅਗਰ ਕੋਈ ਵੀ ਕੋਈ ਵੀ ਨੌਜਵਾਨ ਭੈਣ ਵੀਰ ਇਸ ਪਰਿਵਾਰ ਦੀ ਸਹਾਇਤਾ ਕਰ ਸਕਦਾ ਤੇ ਇੱਕ ਸ਼ੇਅਰ ਕਰਕੇ ਜਰੂਰ ਕਰਨਾ ਤੇ ਪ੍ਰਮਾਤਮਾ ਨੇ ਚਾਇਆ ਇਹਨਾਂ ਦਾ ਬੱਚਾ ਨੌਜਵਾਨ ਜਿੰਦਾ ਹੋਏਗਾ ਔਰ ਵੀਡੀਓ ਅਗਰ ਸ਼ੇਅਰ ਹੋ ਗਈ ਤਾਂ ਉਹ ਪਰਿਵਾਰ ਤੱਕ ਜਰੂਰ ਪਹੁੰਚੇਗਾ ਔਰ ਪ੍ਰਮਾਤਮਾ ਨੇ ਚਾਇਆ ਅਗਰ ਜਲਦੀ ਕੋਈ ਸਮਾਧਾਨ ਨਿਕਲਿਆ ਤੇ ਅਸੀਂ ਪਰਿਵਾਰ ਨਾਲ ਫਿਰ ਲਾਈਵ ਹੋ ਕੇ ਤੁਹਾਨੂੰ ਉਸ ਚੀਜ਼ ਦੀ ਵੀ ਜਾਣਕਾਰੀ ਜ਼ਰੂਰ ਦਵਾਂਗੇ ਸੋ ਜਿੰਨੇ ਵੀ ਵੀਰੇ ਵੇਖ ਰਹੇ ਨੇ ਲਾਈਵ ਨਾਲ ਨਾਲ ਸ਼ੇਅਰ ਜ਼ਰੂਰ ਕਰਨਾ ਇੱਕ ਵਾਰ ਫਿਰ ਮੈਂ ਇਸ ਇਤਿਹਾਰ ਬਖਾਣ ਦੀ ਕੋਸ਼ਿਸ਼ ਕਰਦਾ ਕਿ ਇਸ ਫੋਟੋ ਹੈ ਵੈਸੇ ਦੂਸਰੀ ਛੋਟੀ ਹਾਂ ਹਾਂ ਛੋਟੀ ਛੋਟੀ ਬਖਾਣਾ ਇੱਕ ਵਾਰ ਆਹ ਦੇ ਦਿਓ ਮੈਨੂੰ ਸੋ ਨੌਜਵਾਨ ਦੀ ਤਸਵੀਰ ਤੁਸੀਂ ਲਾਈਵ ਦੇ ਵਿੱਚ ਵੇਖ ਸਕਦੇ ਹੋ ਸਰਦਾਰ ਜੀ ਨੇ ਇਹਨਾਂ ਦਾ ਨਾਮ ਹੈ ਮੋਨ ਸਿੰਘ ਐਡਰੈਸ ਵੇਖ ਲਓ ਮੋਨ ਸਿੰਘ ਬਚਨ ਸਿੰਘ 18 ਸਾਲ ਉਮਰ ਬਰਾੜਾ ਰੋਡ ਨਜ਼ਦੀਕ ਇੰਡੀਅਨ ਗੈਸ ਗੋਦਾਮ ਸ਼ਾਹਬਾਦਾ ਪਰਿਵਾਰ ਹੈ ਆ ਦੋਸਤੋ ਮੋਬਾਈਲ ਨੰਬਰ ਇਹਨਾਂ ਦੇ 8059592160 8053420910 ਇਹ ਪਰਿਵਾਰ ਦੇ ਮੋਬਾਈਲ ਨੰਬਰ ਨੇ ਇਛਤਿਆਰ ਆ ਉਹਨਾਂ ਦੇ ਪਿਤਾ ਜੀ ਅੱਜ ਸਾਡੇ ਕੋਲ ਆ ਖੁਰੇਤਰ ਪਹੁੰਚਿਓ ਨੇ ਕੁਮੀਦ ਦੇ ਨਾਲ ਇੱਕ ਆਸ ਦੇ ਨਾਲ ਕਿ ਉਹਨਾਂ ਦੇ ਬੱਚੇ ਬਾਰੇ ਜ਼ਰੂਰ ਕੋਈ ਨਾ ਕੋਈ ਮੈਸੇਜ ਮਿਲੇਗਾ ਔਰ 4 ਸਾਲ ਤੋਂ ਕਿਵੇਂ ਇੱਕ ਬਾਪ ਆਪਣੇ ਬੱਚੇ ਦੀ ਨੌਜਵਾਨ ਬੇਟੇ ਦੀ ਫੋਟੋ ਨੂੰ ਆਪਣੀ ਛਾਤੀ ਦੇ ਨਾਲ ਲੈ ਕੇ ਆਪਣੇ ਸਾਰੇ ਕਾਗਜ਼ ਇਸਤਿਹਾਰ ਡਾਕੂਮੈਂਟ ਲੈ ਕੇ ਨਹਿਰਾਂ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਧੱਕੇ ਖਾ ਰਿਹਾ ਕਿ ਕੋਈ ਨਾ ਕੋਈ ਸੰਦੇਸ਼ ਇਹਨਾਂ ਦੇ ਬੱਚੇ ਦਾ ਜ਼ਰੂਰ ਮਿਲੇ ਸੋ ਜਿੰਨੇ ਵੀ ਵੀਰ ਮੇਰੇ ਲਾਈਵ ਦੇਖ ਰਹੇ ਹੋ ਪਲੀਜ਼ ਅੱਜ ਇਸ ਵੀਡੀਓ ਨੂੰ ਨਾਲੋਂ ਨਾਲ ਸ਼ੇਅਰ ਜ਼ਰੂਰ ਕਰਨ ਦੀ ਅਪੀਲ ਕਰਾਂਗੇ ਔਰ ਸ਼ੇਅਰ ਜ਼ਰੂਰ ਕਰਿਓ ਫੋਟੋ ਤਾਂ ਨਹੀਂ ਆ ਗਿਆ ਇਹ ਆਵਲਾ ਜੀ ਹਾਂ ਫੋਟੋ ਆ ਹਾਂ ਸੇਮ ਸੋ ਨੌਜਵਾਨ ਦੀ ਫੋਟੋ ਇੱਕ ਵਾਰ ਤੁਸੀਂ ਸਾਰੇ ਵੀਰ ਜ਼ਰੂਰ ਵੇਖ ਲਓ ਅਗਰ 4 ਸਾਲ ਤੋਂ ਤੁਸੀਂ ਕਿਸੇ ਨੇ ਵੀ ਇਹਨਾਂ ਨੂੰ ਕਿਤੇ ਵੇਖਿਆ ਹੋਵੇ ਤਾਂ ਪਲੀਜ਼ ਪਰਿਵਾਰ ਦੀ ਸਹਾਇਤਾ ਜ਼ਰੂਰ ਕਰੋ ਔਰ ਨਾਲੋਂ ਨਾਲ ਸ਼ੇਅਰ ਕਰਨ ਦੀ ਆ ਵੇਖੋ ਦੋਸਤੋ 4 ਸਾਲ ਤੋਂ ਐਵੇਂ ਹੀ ਝੋਲਾ ਚੁੱਕ ਕੇ ਲਗੇ ਫਿਰਦੇ ਹੋ ਸਾਰੇ ਕਾਗਜ਼ ਪੱਤਰ 4 ਸਾਲ ਤੋਂ ਇਸੇ ਤਰ੍ਹਾਂ ਝੋਲਾ ਚੱਕ ਕੇ ਲਗੇ ਫਿਰਦੇ ਆ ਜੀ ਕੋਈ ਨੀਅਤ ਆ ਪਤਾ ਲੱਗਿਆ 4 ਸਾਲ ਤੋਂ ਨਹਿਰਾਂ ਵਿੱਚ ਮਲਕੇ ਬੱਸ ਸਟੈਂਡਾਂ 'ਚ ਜਾਂ ਪਿੰਡਾਂ 'ਚ ਆਪਣਾ ਜੀ ਹੋਰ ਕੋਈ ਵੀ ਸ਼ਹਿਰ ਐਸਾ ਨਹੀਂ ਛੱਡਿਆ ਜੀ ਇੱਥੇ ਆਪਾਂ ਨਾ ਗਏ ਆ ਸਾਰੇ ਪਾਸੇ ਘੁੰਮ ਫਿਰ ਕੇ ਜੀ ਸਾਰੇ ਪਾਸੇ ਦੀ ਟੋਲ ਇਹਦੀ ਕੋਈ ਪੜਤਾਲ ਕਰ ਰਹੇ ਆ ਜੀ ਅੱਜ ਤੱਕ ਸਾਨੂੰ ਕੋਈ ਅਦਾਤਾ ਪਤਾ ਨਹੀਂ ਲੱਗਿਆ ਜੀ ਗੁਰਦੁਆਰੇ ਲੁਧਿਆਣਾ ਗਏ ਹੋ ਗੁਰਦੁਆਰੇ ਲੁਧਿਆਣੇ ਗਏ ਆ ਜੀ ਅੰਮ੍ਰਿਤਸਰ ਵੀ ਗਏ ਆ ਜੀ ਸਰਹੰਦ ਵੀ ਗਏ ਆ ਜੀ ਹੋਰ ਕਈ ਥਾਂ ਤੇ ਮਨ ਕੇ ਇਨਾ ਧਰਮ ਸਥਾਨਾਂ ਤੇ ਗਏ ਜੀ ਯੂਪੀ ਚ ਰਾਜਸਥਾਨ ਚ ਪੰਜਾਬ ਚ ਸਾਰੇ ਪਾਸੇ ਘੁੰਮਿਆ ਜੀ ਕੋਈ ਪਤਾ ਨਹੀਂ ਚੱਲਿਆ 4 ਸਾਲ ਤੋਂ ਕੋਈ ਪਤਾ ਨਹੀਂ ਚੱਲਿਆ ਜੀ 4 ਸਾਲ ਤੋਂ ਐਵੇਂ ਤੱਕੇ ਖਾਰੇ ਚੋਲਾ ਚੱਕ ਕੇ ਲੱਗੇ ਫਿਰਦੇ ਹਾਂ ਜੀ ਕਦੀ ਨਹਿਰਾਂ ਤੇ ਕਦੀ ਕਿਥੇ ਕਦੀ ਕਿਥੇ ਕਦੀ ਕਿਥੇ ਲੱਗੇ ਫਿਰਦੇ ਹਾਂ ਜੀ ਕੋਈ ਆਤਾ ਪਤਾ ਨਹੀਂ ਲੱਗਿਆ ਜੀ ਅੱਜ ਤੱਕ ਜੀ ਇਹਦਾ ਵੀ ਕੀ ਬਣਿਆ ਕੀ ਨਹੀਂ ਵੀ ਕੀ ਬਣਿਆ ਕੀ ਨਹੀਂ ਬਣਿਆ ਜੀ ਹੈ ਵੀ ਹੈ ਜਾਂ ਨਹੀਂ ਵੀ ਹੈ ਜੀ ਮਤਲਬ ਕਿ ਇਸ ਤਰ੍ਹਾਂ ਸੁ ਦੋਸਤੋ ਵੱਡੀ ਗੱਲ ਅਪੀਲ ਦੀ ਇਹ ਆ ਕਿ ਜਿੰਦਾ ਬੱਚੇ ਦੀ ਉਮੀਦ ਹਰ ਮਾਪਾ ਬਾਪ ਕਰਦਾ ਹੈ ਕਿ ਮੇਰਾ ਬੱਚਾ ਜਿੰਦਾ ਹੋਵੇ ਲੇਕਿਨ ਬਾਪ ਆਪਣੀ ਹਿੰਮਤ 4 ਸਾਲ ਤੋਂ ਗਰੀਬੀ ਦਾਵੇ ਦੇ ਵਿੱਚ ਧੱਕੇ ਖਾ ਕੇ ਗੁਰਦੁਆਰਿਆਂ ਮੰਦਰਾਂ ਮਸੀਤਾਂ ਦੇ ਵਿੱਚ ਧੱਕੇ ਖਾ ਕੇ ਆਪਣੇ ਬੱਚਿਆਂ ਦੇ ਨੌਜਵਾਨ ਬੇਟੇ ਦੇ ਪੋਸਟਰ ਇਸ਼ਤਿਹਾਰ ਛਪਵਾ ਕੇ ਹਾਰ ਥੱਕ ਗਿਆ 4 ਸਾਲ ਤੋਂ ਕਿਉਂਕਿ ਇਹਨਾਂ ਨੇ ਦੱਸਿਆ ਕਿ ਜਦੋਂ ਦਾ ਇਹ ਮੁੰਡਾ ਘਰੋਂ ਨਿਕਲਿਆ ਦੀ ਜੋ ਮਾਤਾ ਸੀ ਉਹ ਵੀ ਉਸ ਦਿਨ ਤੋਂ ਮੰਜੀ ਦੇ ਉੱਤੇ ਪੈ ਗਈ ਹੈ ਨਾ ਜਿੰਦਾ ਨਾ ਮਰਦਾ ਮਾਂ ਵੀ ਮੰਜੀ ਦੇ ਉੱਤੇ ਪੈ ਗਈ ਹੈ ਇਸ ਉਮੀਦ ਦੇ ਵਿੱਚ ਕਿ ਆਖਿਰ ਮੇਰਾ ਨੌਜਵਾਨ ਬੱਚਾ ਅਚਾਨਕ ਕਿੱਥੇ ਚਲਾ ਗਿਆ ਲੇਕਿਨ 4 ਸਾਲ ਤੋਂ ਇਹਨਾਂ ਦੇ ਨੌਜਵਾਨ ਬੱਚੇ ਦੇ ਬਾਰੇ ਕੋਈ ਵੀ ਮੈਸੇਜ ਨਹੀਂ ਮਿਲਿਆ ਸੋ ਜਿੰਨੇ ਵੀ ਮੀਰ ਅੱਜ ਇਹ ਵੀਡੀਓ ਮੇਰਾ ਤੁਸੀਂ ਲਾਈਵ ਵੇਖੋ ਪਲੀਜ਼ ਨਾਲੋ ਨਾਲ ਗਰੁੱਪਾਂ ਦੇ ਵਿੱਚ ਫੇਸਬੁੱਕ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਅਗਰ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲੇ ਕਿਸੇ ਦਾ ਨਾਮ ਅੱਗੇ ਨਹੀਂ ਆਏਗਾ ਗੁਪਤ ਰਿਪੋਰਟ ਵੀ ਅਗਰ ਤੁਸੀਂ ਦੇਣਾ ਚਾਹੁੰਦੇ ਹੋ ਪਰਿਵਾਰ ਦੀ ਸਹਾਇਤਾ ਕਰਦੇ ਹੋ ਤਾਂ ਮੇਰੇ ਮੋਬਾਈਲ ਨੰਬਰ 9729334991 ਤੇ ਜਾਂ ਜੋ ਪਰਿਵਾਰ ਨੇ ਨੰਬਰ ਦੱਸੇ ਨੇ ਉਹਨਾਂ ਦੇ ਉੱਤੇ ਤੁਸੀਂ ਫੋਨ ਕਰੋ ਮਿਸ ਕਾਲ ਕਰੋ ਤਾਂ ਕਿ ਇਹ ਪਰਿਵਾਰ ਦੀ ਜੋ ਧੜਕਣ ਹੈ ਜਾਂ 4 ਸਾਲ ਤੋਂ ਜਿਸ ਤਰ੍ਹਾਂ ਵਿਚਾਰੇ ਭੜਕ ਰਹੇ ਨੇ ਨਹਿਰਾਂ ਦੇ ਉੱਤੇ ਘਰਾਂ ਦੇ ਵਿੱਚ ਹਸਪੀਟਲਾਂ ਦੇ ਵਿੱਚ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਦਿੱਲੀ ਕੋਈ ਦੇਸ਼ ਦਾ ਬਾਪ ਨੇ ਕੋਣਾ ਨਹੀਂ ਛੱਡਿਆ ਜਿੱਥੇ ਆਪਣੇ ਬੱਚੇ ਦੀ ਫੋਟੋ ਲੈ ਕੇ ਨਹੀਂ ਗਿਆ ਲੇਕਿਨ 4 ਸਾਲ ਤੋਂ ਇਸ ਨੌਜਵਾਨ ਦੇ ਬਾਰੇ ਅਜੇ ਤੱਕ ਇਸ ਪਰਿਵਾਰ ਦੇ ਕੋਲ ਕੋਈ ਸੰਦੇਸ਼ ਨਹੀਂ ਆਇਆ ਕਿ ਆਖਰ ਇਹਨਾਂ ਦਾ ਨੌਜਵਾਨ ਬੱਚਾ ਮੋਨ ਲਾਲ ਕਿੱਥੇ ਚਲਾ ਗਿਆ ਮੋਨ ਸਿੰਘ ਸੋ ਇੱਕ ਵਾਰ ਮੈਂ ਫਿਰ ਲਾਈਵ 'ਚ ਫੋਟੋ ਔਰ ਇਸ਼ਤਿਹਾਰ ਤੁਹਾਨੂੰ ਵਿਖਾਵਾਂਗਾ ਔਰ ਅਪੀਲ ਕਰਾਂਗਾ ਕਿ ਨਾਲੋਂ ਨਾਲ ਸ਼ੇਅਰ ਜ਼ਰੂਰ ਕਰੀ ਜਾਣਾ ਵਿਖਾਣਾ ਇੱਕ ਵਾਰ ਤੁਸੀਂ ਭਰਾ ਹੋ ਇਹਨਾਂ ਦੇ ਇਹ ਮਮਾ ਹੈ ਸਰ ਇਹ ਪੁੱਤੀਜਾ ਮੇਰਾ ਅੱਛਾ ਪੁੱਤੀਜਾ ਤੁਹਾਨੂੰ ਸਾਰੇ ਡਾਕੂਮੈਂਟ ਵਿਖਾਣਾ ਇੱਕ ਵਾਰ ਸੋ ਦੋਸਤੋ ਪਲੀਜ਼ ਅੱਜ ਨਾਲੋਂ ਨਾਲ ਜਤਿੰਦਰ ਕੁਮਾਰ ਜੀ ਜੋਦਾ ਜੀ ਗੁਰਪ੍ਰੀਤ ਜੀ ਨਾਲੋਂ ਨਾਲ ਸ਼ੇਅਰ ਜ਼ਰੂਰ ਕਰੀ ਜਾ ਵੇਖੋ ਕਿੰਨੇ ਕਾਗਜ਼ ਪਿਤਾ 4 ਸਾਲਾਂ ਤੋਂ ਇਕੱਠੇ ਕਰਕੇ ਇੱਕ ਝੋਲਾ ਬਣਾ ਕੇ ਨਹਿਰਾਂ ਦੇ ਉੱਤੇ ਗੁਰਦੁਆਰੇ ਆ ਚ ਮੰਦਰਾ ਚ ਮਸੀਤਾਂ ਚ ੱੱਕੇ ਖਾ ਰਿਆ ਕਿ ਕੋਈ ਮੇਰੇ ਬੱਚੇ ਦਾ ਸੁਨਿਆ ਆ ਜੇ ਤੇ ਮੇਰਾ ਦਿਲ ਟਿਕ ਜੇ ਕਿ ਆਖਿਰ ਮੇਰੇ ਬੱਚੇ ਨੂੰ ਕੀ ਹੋਇਆ ਯਾਰ ਦੁਨੀਆ ਦੇ ਵਿੱਚੋਂ ਕਿੱਥੇ ਗਲਾ ਗਿਆ ਸ਼ਾਹਬਾਦ ਦਾ ਰਹਿਣ ਵਾਲਾ ਇਹ ਪਰਿਵਾਰ ਇੱਕ ਮੋਨ ਸਿੰਘ ਬਚਨ ਸਿੰਘ ਉਮਰ 18 ਸਾਲ ਜਾਤੀ ਸ਼ਿਗਲੀਗਰ ਬਰਾੜਾ ਰੋਡ ਨਦੀਕ ਇੰਡੈਨ ਇੰਡੈਨ ਗੈਸ ਗੋਦਾਮ ਸ਼ਾਹਬਾਦ ਮਾਰਕੰਡਾ ਦਾ ਰਹਿਣ ਵਾਲਾ ਪਰਿਵਾਰ ਔਰ ਮੋਬਾਈਲ ਨੰਬਰ ਇਹਨਾਂ ਨੇ ਆਪਣੇ ਦਿੱਤੇ ਹੋਏ ਨੇ ਲਗਾਤਾਰ ਔਰ ਅੱਜ ਪਰਿਵਾਰ ਇੱਕ ਉਮੀਦ ਔਰ ਏਕਾਸ ਦੇ ਨਾਲ ਸਾਡੀ ਟੀਮ ਕੋਲ ਲਾਈਵ ਫੇਸਬੁਕ ਦੇ ਉੱਤੇ ਕਿਉਂਕਿ ਆ ਤੁਸੀਂ ਕਾਫੀ ਵੀਰ ਪੈਣਾ ਮੇਰੇ ਨਾਲ ਲਾਈਵ ਜੁੜੇ ਔਰ ਸ਼ੇਅਰ ਕਰ ਦਿਓ ਖਬਰ ਨੂੰ ਜਿਆਦਾ ਤੋਂ ਜਿਆਦਾ ਉਹ ਇਹਨਾਂ ਨੂੰ ਵੀ ਇੱਕ ਉਮੀਦ ਕਿਉਂਕਿ ਦੋਸਤੋ ਅੱਜ ਸੋਸ਼ਲ ਮੀਡੀਆ ਹੀ ਇੱਕ ਬਹੁਤ ਵੱਡੀ ਤਾਕਤ ਆ ਬੱਚੀ ਆਪਣੇ ਜੋ ਗਵਾਚੇ ਨੇ ਉਹਨਾਂ ਨੂੰ ਲੱਭਣ ਦੀ ਕਿਉਂਕਿ ਸਾਡੀ ਵੀ ਲਾਈਨ ਅਪ ਦੋਸਤੋ ਐਸੀ ਹੈ ਕਿਉਂਕਿ ਨਹਿਰਾਂ ਦੇ ਵਿੱਚ ਸਾਨੂੰ ਵੀ ਵਾਰਸ-ਲਵਾਰਸ ਲਾਸ਼ਾਂ ਅਕਸਰ ਮਿਲਦੀਆਂ ਰਹਿੰਦੀਆਂ ਨੇ ਕਈ ਲਾਸ਼ਾਂ ਐਸੀਆਂ ਮਿਲੀਆਂ ਨੇ ਜਿਨ੍ਹਾਂ ਦੇ ਅੱਜ ਤੱਕ ਪਰਿਵਾਰ ਨਹੀਂ ਮਿਲੇ ਔਰ ਕਈ ਪਰਿਵਾਰ ਦੋਸਤੋ ਐਸੇ ਅਜ ਤੀਕਰ ਸਾਨੂੰ ਮਿਲੇ ਨੇ ਜਿਨ੍ਹਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਇਹ ਨਹਿਰਾਂ ਦਾ ਬਹੁਤ ਵੱਡਾ ਸੱਚ ਹੈ ਕਿਉਂਕਿ ਨਹਿਰਾਂ ਦਾ ਕੋਈ ਸਰਕਲ ਨਹੀਂ ਹੈ ਕਿੱਥੋਂ ਪਾਣੀ ਆ ਰਿਹਾ ਕਿੱਥੇ ਜਾ ਰਿਹਾ ਕੌਣ ਡੇਗ ਰਿਹਾ ਕੌਣ ਮਰ ਰਿਹਾ ਪੰਜਾਬ ਤੋਂ ਡਿੱਗਾ ਹਰਿਆਣੇ 'ਚ ਮਿਲ ਗਿਆ ਹਰਿਆਣੇ ਦਾ ਡਿੱਗਾ ਪਤਾ ਨਹੀਂ ਕਿਤੇ ਮਿਲੇਗਾ ਜਾਂ ਨਹੀਂ ਮਿਲੇਗਾ ਇਸ ਉਮੀਦ ਦੇ ਨਾਲ ਅੱਜ ਪਰਿਵਾਰ ਦੇ ਨੌਜਵਾਨ ਬੱਚੇ ਮੋਨ ਸਿੰਘ ਦੀ ਫੋਟੋ ਬੁਖਾ ਰਹੇ ਆ 코로나 ਦੇ ਪਿਤਾ ਜੀ ਜੋ 4 ਸਾਲ ਤੋਂ ਕਾਗਜ਼ ਚੁੱਕ ਕੇ ਇਸੇ ਤਰ੍ਹਾਂ ਆ ਨਹਿਰਾਂ ਦੇ ਉੱਤੇ ਮੰਦਰਾਂ ਦੇ ਵਿੱਚ ਫਿਰਦੇ ਨੇ ਲੇਕਿਨ ਅਜੇ ਤੱਕ ਇਹਨਾਂ ਦੇ ਨੌਜਵਾਨ ਬੱਚੇ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਕੀ ਆਖਿਰ ਉਹ ਬੱਚਾ ਕਿੱਥੇ ਚਲਾ ਗਿਆ ਜਿੰਦਾ ਵੀ ਹੈ ਜਾਂ ਮਰ ਗਿਆ ਪ੍ਰਮਾਤਮਾ ਕਰੇ ਜਿੰਦਾ ਹੋਵੇ ਔਰ ਇਹ ਵੀਡੀਓ ਵੇਖੇ ਅਪੀਲ ਵੇਖੇ ਔਰ ਤੁਰੰਤ ਆਗਰ ਉਹ ਸੁਰੱਖਿਤੇ ਜਿੰਦਾ ਹੈ ਠੀਕ ਹੈ ਤੇ ਆਪਣੇ ਮਨ ਦਾ ਸਾਰਾ ਗੁੱਸਾ ਖਤਮ ਕਰਕੇ ਆਪਣੇ ਪਿਓ ਨੂੰ ਆਪਣੀ ਮਾਂ ਨੂੰ ਤੁਰੰਤ ਸੰਪਰਕ ਜ਼ਰੂਰ ਕਰੇ ਕਿਉਂਕਿ ਮਾਂ 4 ਸਾਲ ਤੋਂ ਮੰਜੀ ਦੇ ਉੱਤੇ ਪਈ ਹੋਈ ਹੈ ਜਦੋਂ ਦਾ ਨੌਜਵਾਨ ਚਲਾ ਗਿਆ ਪਿਓ ਇਸੇ ਤਰ੍ਹਾਂ ਕਾਗਜ਼ ਚੁੱਕ ਕੇ ਹਰ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਇਸੇ ਤਰ੍ਹਾਂ ਤਰਲੇ ਕਰ ਰਿਹਾ ਕਿ ਮੇਰਾ ਬੱਚਾ ਜਲਦੀ ਜਿੰਦਾ ਆਪਣੇ ਘਰ ਆ ਜੇ ਸੋ ਇੱਕ ਵਾਰ ਹੋਰ ਅਪੀਲ ਕਰ ਦੋ ਸਾਰਿਆਂ ਨੂੰ ਕਿ ਪਲੀਸ ਤੁਸੀਂ 4 ਸਾਲ ਤੋਂ ਰੋਲ ਰਹੇ ਹੋ ਬੱਚੇ ਦੀ ਫੋਟੋ ਲੈ ਕੇ ਤੱਕੇ ਖਾ ਰਹੇ ਹੋ ਲੇਕਿਨ ਅਜੇ ਤੱਕ ਕੋਈ ਸੁਨਿਆ ਨਹੀਂ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰਕੇ ਬੇਨਤੀ ਕਰ ਰਿਹਾ ਹਾਂ ਇਹ ਸਬਸਕ੍ਰਾਈਬਰਾਂ ਕੇ ਬੇਨਤੀ ਕਰ ਰਿਹਾ ਹਾਂ ਜੀ ਤੇ ਮੰਦਰ ਗੁਰਦੁਆਰਿਆਂ ਚ ਮਤਲਕ ਆਪਣਾ ਸਾਰੇ ਪਾਸੇ ਮੈਂ ਕੰਮ ਚੁੱਕੇ ਆ ਲੱਗੇ ਮਾਂ ਮੰਜੇ ਦੇ ਬਿਮਾਰ ਪਈ ਹੈ ਜੀ ਉਹ ਭੈਣ ਜੋਗੀ ਨਹੀਂ ਹੈਗੀ ਜੀ ਕਪੜੇ ਮਤਲਕ ਉਹਦੇ ਜਿਸ ਤਰ੍ਹਾਂ ਸੀ ਜੀ ਉਸੇ ਤਰ੍ਹਾਂ ਤੇ ਪ੍ਰੈਸ ਕੀਤੇ ਪੈਣ ਜੀ ਇਹਦੇ ਬਾਕੀ ਕਿਸੇ ਵੀਰ ਨੇ ਵੀ ਇਹਦੇ ਬਾਰੇ ਕਿਸੇ ਨੂੰ ਵੀ ਇਹਦੇ ਬਾਰੇ ਵੇਖਿਆ ਹੋਏ ਕਿਸੇ ਪਾਸੇ ਤੇ ਕਿਰਪਾ ਕਰਕੇ ਇਹ ਫੋਨ ਨੰਬਰ ਮੇਰਾ ਹੈ ਜੀ 8059592 ਮੈਨੂੰ ਇਹ ਵੀਡੀਓ ਜਿਹੜਾਂ ਕੋਲ ਵੀ ਪਹੁੰਚੇ ਉਹ ਕਿਰਪਾ ਕਰਕੇ ਅੱਗੇ ਤੋਂ ਅੱਗੇ শেয়ার ਕਰਿਓ ਜੀ ਇਹ ਮੇਰੀ ਬੇਨਤੀ ਹੈ ਜੀ ਕਿਰਪਾ ਕਰਕੇ ਮਨ ਲਈ ਬੇਨਤੀ ਇਹੀ ਕਰਦਾ ਜੀ ਮਰ ਕੇ ਤੁਹਾਡਾ ਮਤਲਬ ਕਿ ਤੁਹਾਡੇ ਮਨ ਕੇ ਅਗਰ ਇਹ ਸ਼ੇਅਰ ਕਰਨ ਨਾਲ ਮੇਰੇ ਬੱਚੇ ਦਾ ਕੋਈ ਆਤਾ ਪਤਾ ਲੱਗ ਜਾਏ ਤੇ ਤੁਹਾਡੀ ਬੜੀ ਕਿਰਪਾ ਹੋਏਗੀ ਤੁਹਾਡਾ ਬੜਾ ਪਾਰੀ ਪੁੰਨ ਹੋਏਗਾ ਜੀ ਸਾਲ ਤੋਂ ਇਸੇ ਤਰ੍ਹਾਂ ਆਪਣੇ ਬੱਚੇ ਦੀ ਕਿ ਵੀ ਬੱਚੇ ਦਾ ਕੋਈ ਮੈਸੇਜ ਨਹੀਂ ਮਿਲਿਆ ਸੋ ਜਿੰਨੇ ਵੀ ਵੀਰ ਆਇਆ ਹੋਇਆ ਆਪਣੇ ਅੰਕਲ ਦੇ ਨਾਲ ਆਪਣੇ ਮਾਮਾ ਜੀ ਦੇ ਨਾਲ ਆਪਣੇ ਵੀਰ ਦਾ ਰਾਜੇ ਨਹਿਰ ਤੇ ਪਹੁੰਚੇ ਹੋਏ ਨੇ ਕੁਮੀਦ ਦੇ ਨਾਲ ਕਿ ਇਹਨਾਂ ਦੇ ਬੱਚੇ ਬਾਰੇ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਿਲੇਗੀ ਸੋ ਜਿੰਨੇ ਵੀ ਵੀਰ ਅੱਜ ਇਹ ਵੀਡੀਓ ਵੇਖੋ ਪਲੀਜ਼ ਸ਼ੇਅਰ ਕਰਨਾ ਅਗਰ ਅਗਰ ਕਿਸੇ ਨੂੰ ਵੀ ਕੋਈ ਇਸ ਨੌਜਵਾਨ ਬੱਚੇ ਦੇ ਬਾਰੇ ਜਾਣਕਾਰੀ ਮਿਲੇ ਤਾਂ ਸਾਡੇ ਟੀਮ ਦੇ ਮੋਬਾਈਲ ਨੰਬਰ ਜਾਂ ਜੋ ਪਰਿਵਾਰ ਨੇ ਨੰਬਰ ਦਿੱਤਾ ਹੈ ਉਹਨਾਂ ਦੇ ਉੱਤੇ ਸੰਪਰਕ ਜ਼ਰੂਰ ਕਰਨਾ ਸੋ ਜਿੰਨੇ ਵੀ ਵੀਰ ਵੇਖ ਰਹੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੰਕਲ ਜੀ ਅਸੀਂ ਆਪਣੇ ਫੇਸਬੁਕ ਤੇ ਮਾਧਿਅਮ ਤੇ ਤੁਹਾਨੂੰ ਇਹ ਭਰੋਸਾ ਦਿਵਾਨੇ ਆ ਕਿ ਅਸੀਂ ਇਸ ਵੀਡੀਓ ਨੂੰ ਸਾਰੇ ਸ਼ੇਅਰ ਕਰਨਗੇ ਔਰ ਪ੍ਰਮਾਤਮਾ ਕਰੇ ਤੁਹਾਡਾ ਬੱਚਾ ਜਿੰਦਾ ਹੋਏਗਾ ਆਪਣੇ ਘਰ ਜਲਦੀ ਆਏਗਾ ਤੇ ਅਸੀਂ ਫਿਰ ਲਾਈਵ ਹੋ ਕੇ ਜਿੰਨੇ ਵੀ ਆਪਣੇ ਫੇਸਬੁਕ ਦੇ ਭੈਣਾ ਨੇ ਭਰਾ ਨੇ ਇਹਨਾਂ ਨੂੰ ਇੱਕ ਵਧਾਈ ਬਹੁਤ ਵੱਡੀ ਵਧਾਈ ਦਾਂਗੇ ਕਿਉਂਕਿ 4 ਸਾਲ ਤੋਂ ਤੜਫਣਾ ਇੱਕ ਬਾਪ ਵਾਸਤੇ ਛੋਟੀ ਗੱਲ ਨਹੀਂ ਹੁੰਦੀ ਮਾਂ ਮੰਜੀ ਤੇ ਆ ਪਿਓ ਤੜਫ ਰਿਹਾ ਗਰੀਬੀ ਦਾਵੇ ਦੇ ਵਿੱਚ ਹਰਿਆਣੇ ਦੇ ਜਾਂ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਇਹ ੱਟਕੇ ਖਾ ਰਿਆ ਬਜ਼ੁਰਗ ਆਪਣੇ ਕਾਗਜ਼ ਪੱਤਰ ਲੈ ਕੇ ਸੋ ਜਿੰਨੇ ਵੀ ਵੀਰ ਵੇਖੋ ਪਲੀਜ਼ ਨਾਲ ਨਾਲ ਸ਼ੇਅਰ ਜਰੂਰ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲਣਾ ਕੁਛ ਨਹੀਂ ਆ ਵੀਰ ਜੀ ਆ ਵੀਰ ਜੀ ਪ੍ਰਗਟ ਸਿੰਘ ਨੇ ਜੀ ਇਹਨਾਂ ਕੋਲ ਮੈਨੂੰ ਪਤਾ ਲੱਗਿਆ ਜੀ ਇਹ ਸੇਵਾ ਵਿੱਚ ਬੜਾ ਮੌਕਾ ਲੈਂਦੇ ਨੇ ਜੀ ਸਾਰਿਆਂ ਦੀ ਮਰਕੇ ਨਹੀਂ ਹੈਲਪ ਕਰਦੇ ਨੇ ਜੀ ਸੇਵਾ ਕਰਦੇ ਨੇ ਜਿੱਤੇ ਮੈਨੂੰ ਇਹਨਾਂ ਦਾ ਪਤਾ ਲੱਗਿਆ ਜੀ ਵੀਰ ਪ੍ਰਗਟ ਸਿੰਘ ਦਾ ਤੇ ਮੈਂ ਇਹਨਾਂ ਕੋਲ ਆਇਆ ਤੇ ਇਹਨਾਂ ਕੋਲ ਬੇਨਤੀ ਕੀਤੀ ਹੈ ਵੀ ਮੇਰੇ ਬੱਚੇ ਨੂੰ 4 ਸਾਲ ਹੋ ਗਏ ਨੇ ਮੈਂ ਪੂਰਾ ਹਿੰਦੁਸਤਾਨ ਘੁੰਮ ਚੁੱਕਿਆ ਤੇ ਕੋਈ ਆਤਾ ਪਤਾ ਨਹੀਂ ਲੱਗ ਰਿਹਾ ਤੇ ਮੇਰੇ ਬੱਚੇ ਦਾ ਤੇ ਮੇਰਾ ਬੱਚੇ ਇਹ ਆ ਵੀਰਜੀ ਪ੍ਰਗਟ ਸਿੰਘ ਨੇ ਇਹਨਾਂ ਦੀ ਮੇਰੀ ਹਲਫ ਕਰ ਕਰਦੇ ਆ ਤੇ ਕਿਰਪਾ ਕਰਕੇ ਤੁਸੀਂ ਇਹ ਮੇਰੀ ਬੇਨਤੀ ਨੂੰ ਸ਼ਿਕਾਰ ਕਰਨ ਨਾ ਤੇ ਜਿੱਥੇ ਕਿੱਥੇ ਵੀ ਕੋਈ ਤੁਹਾਨੂੰ ਇਸ ਮੁੰਡੇ ਦਾ ਪਤਾ ਲੱਗੇ ਤੇ ਕਿਰਪਾ ਕਰਕੇ ਤੁਸੀਂ ਵੀ ਇਸ ਮੁੰਡੇ ਦੀ ਜਿਹੜਾ ਨੰਬਰ ਦਿੱਤਾ ਜੀ 80595 ਤੇ 92160 ਮੇਰਾ ਨੰਬਰ ਹੈ ਜੀ ਇਸ ਤੇ ਕਿਰਪਾ ਕਰਕੇ ਫੋਨ ਕਰ ਦਿਓ ਜਾਂ ਵੀਰ ਜੀ ਪ੍ਰਗਟ ਸਿੰਘ ਨੇ ਇਹਨਾਂ ਨੇ ਤੁਹਾਨੂੰ ਆਪਣਾ ਨੰਬਰ ਦਿੱਤਾ ਹੈ ਜਾਂ ਇਹਨਾਂ ਨੂੰ ਫੋਨ ਕਰ ਦਿਓ ਤੇ ਇਹ ਹੀ ਮੇਰੀ ਬੇਨਤੀ ਹੈ ਜੀ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਾਈਵ ਵੇਖੋ ਔਰ ਨਾਲੋਂ ਨਾਲ ਗਰੁੱਪਾਂ 'ਚ ਸ਼ੇਅਰ ਕਰੀ ਜਾਓ ਅਗਰ ਕਿਸੇ ਨੂੰ ਇਸ ਨੌਜਵਾਨ ਮੋਹਨ ਸਿੰਘ ਦੇ ਬਾਰੇ ਕੋਈ ਜਾਣਕਾਰੀ ਮਿਲੇ ਤੇ ਅਸੀਂ ਇਸ 4 ਸਾਲ ਤੋਂ ਭਟਕ ਰਹੇ ਪਿਓ ਦੀ ਜਿੰਨੀ ਵੀ ਸਾਡੇ ਤੋਂ ਇੱਕ ਸ਼ੇਅਰ ਦੇ ਨਾਲ ਸਾਤਾ ਸਕੇ ਤਾਂ ਅਸੀਂ ਜ਼ਰੂਰ ਕਰੀਏ ਅਗਰ ਕਿਤੇ ਵੀ ਇਸ ਬੱਚੇ ਦੇ ਬਾਰੇ ਪਤਾ ਲੱਗੇ ਤਾਂ ਅਸੀਂ ਪਰਿਵਾਰ ਨੂੰ ਇਹ ਵਾਅਦਾ ਕਰਦੇ ਹਾਂ ਕਿ ਇਹਨਾਂ ਦੀ ਪੂਰੀ ਸਹਾਇਤਾ ਕਰਾਂਗੇ ਔਰ ਇਹਨਾਂ ਦੇ ਬੱਚੇ ਤੱਕ ਮਲਬਾਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗਰ ਕਿਸੇ ਨੂੰ ਵੀ ਪਤਾ ਚੱਲੇ ਸਾਡੇ ਗੋਤਾਖੋਰ ਪ੍ਰਗਟ ਸਿੰਘ ਜੋ ਟੀਮ ਦੇ ਮੋਬਾਈਲ ਨੰਬਰ 9729334999 9729374999 ਜਾਂ ਜੋ ਪਰਿਵਾਰ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੰਕਲ ਜੀ 1 ਲੱਖ ਫਸਟ ਵਾਰ ਫੋਟੋ ਉਹ ਖਾ ਦਿਓ ਫਿਰ ਆਪਾਂ ਲਾਈਵ ਬੰਦ ਕਰਾਂਗੇ ਸੋ ਲਾਈਵ ਦੇ ਵਿੱਚ ਅਸੀਂ ਆਖਰੀ ਵਾਰ ਹੋਰ ਤੁਹਾਨੂੰ ਇਸ਼ਤਿਹਾਰ ਫੋਟੋਆਂ ਕਾਗਜ਼ ਵਿਖਾਣੇ ਸੋ ਸਾਰੇ ਵੇਖਦੇ ਸ਼ੇਅਰ ਜ਼ਰੂਰ ਕਰੀ ਜਾਣਾ ਆਏ ਜੀ ਮੋਨ ਸਿੰਘ ਬਚਨ ਸਿੰਘ ਉਮਰ 18 ਸਾਲ ਕੱਦ 5 ਫੁੱਟ 8 ਇੰਚ ਬਰਾੜਾ ਰੋਡ ਇੰਡੇਨ ਗੈਸ ਸ਼ਾਹਬਾਦ ਮਾਰਕੰਡਾ ਦਾ ਇਹ ਪਰਿਵਾਰ ਹੈ ਇਹ ਪਿਤਾ ਜੋ ਅੱਜ ਇੱਕ ਉਮੀਦ ਦੇ ਨਾਲ ਆਪਣੇ ਕੋਲ ਪਹੁੰਚਿਆ ਔਰ ਇਹ ਨੌਜਵਾਨ ਦੀ ਫੋਟੋ ਤੁਸੀਂ ਬਾਰ ਬਾਰ ਵੇਖ ਰਹੇ ਹੋ ਇਸ਼ਤਿਹਾਰ ਵੇਖੋ ਵਿਚਾਰੇ ਪਿਓ ਨੇ ਸਾਰੀ ਜਗ੍ਹਾ ਲਾਏ ਹੋਣੇ ਨੇ ਰੇਲਵੇ ਸਟੇਸ਼ਨਾਂ ਜੀ ਰੇਲਵੇ ਸਟੇਸ਼ਨਾਂ ਤੇ ਲਾਏ ਨੇ ਬੱਸ ਟੰਨਾ ਤੇ ਲਾਏ ਨੇ ਸਾਰੇ ਪਾਸੇ ਜਾ ਜਾ ਕੇ ਲਾਇਆ ਜੀ ਪੂਰਾ ਭਾਰਤ ਨਹੀਂ ਕਿਤੇ ਛੱਡਿਆ ਜੀ ਸਾਰੇ ਪਾਸੇ ਲਾਇਆ ਜੀ ਜਾ ਕੇ ਇਸ਼ਤਿਹਾਰ ਬਣਾ ਬਣਾ ਕੇ ਆਪ ਲਾਇਆ ਜੀ ਇਸ਼ਤਿਹਾਰ ਹੈ ਸੋ ਪਲੀਜ਼ ਗੁਰਦੇਵ ਸਿੰਘ ਜੀ ਪਵਨ ਕੁਮਾਰ ਜੀ ਆਰਾਮ ਜੀ